ਗਾਇਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵੇਰ ਹੋ ਚੁੱਕੀ ਹੈ, ਸਵੇਰ ਦੇ 9:30 ਹੋ ਚੁੱਕੇ ਨੇ। ਹੁਣ ਚਾਹ ਬਣ ਕੇ ਆ ਚੁੱਕੀ ਹੈ, ਚਾਹ ਨਾਲ ਹੈਗੀਆਂ ਅੱਜ ਫੁੱਲਬੜੀਆਂ ਐਨ ਕਰਦੀ। ਚਲੋ ਖਾਂਦੇ ਹਾਂ। ਠੰਡਾ ਠੰਡਾ ਹੋ ਗਿਆ, ਬੱਦਲ ਹੋ ਗਿਆ, ਫਿਰ ਦੁਬਾਰਾ ਬੱਦਲ ਹੀ ਬੱਦਲ ਰਹਿੰਦਾ। ਚਲੋ ਅੱਗੇ ਮਿਲਦੇ ਹਾਂ, ਵਲੋਗ ਕੰਟੀਨਿਊ ਕਰਦੇ ਹਾਂ ਅੱਗੇ। ਬਾਏ। ਹੁਣ ਆਪਾਂ ਚੱਲੇ ਹਾਂ ਬਾਜ਼ਾਰ ਸਮਾਨ ਲੈਣ ਚੱਲੇ ਹਾਂ ਆਪਾਂ। ਥੋੜ੍ਹਾ ਤਿਆਰ ਹੋ ਗਏ ਸਾਰੇ, ਰੈਡੀ ਹੁੰਦੇ ਨੇ, ਮੇਕਅਪ ਕਰ ਲੈਂਦੇ ਨੇ ਆਪਣਾ। ਕਿੱਥੇ ਕਿੱਥੇ ਚੱਲੇ ਆਪਾਂ? ਜਿੱਥੇ ਜਿੱਥੇ ਜਾਵਾਂਗੇ ਉੱਥੇ ਤਾਂ ਨਾਲ ਨਾਲ ਦੱਸੀ ਜਾਵਾਂਗੇ। ਜਿੱਥੇ ਜਿੱਥੇ ਜਾਵਾਂਗੇ ਉੱਥੇ ਨਾਲ ਨਾਲ ਦੱਸੇ ਹਾਂ, ਮਤਲਬ ਕਿ ਪਤਾ ਨਹੀਂ ਕਿੱਥੇ ਕਿੱਥੇ ਜਾਣਾ। ਚਲੋ ਰੈਡੀ ਰੂਡੀ ਜੋ ਹੋਏ ਆ, ਅੱਗੇ ਮਿਲਦੇ ਹਾਂ। ਹੁਣ ਐਮੂ ਨੂੰ ਘੁਮਾਈਏ, ਘੁਮਾਈਏ ਹੁਣ ਕਦੋਂ ਦਾ ਸਵੇਰ ਦਾ, ਜਦੋਂ ਮੁੱਠਿਆਂ ਸੂੰਗ ਤੂੰ ਕਰੀ ਜਾਂਦੇ ਜਾਣਾ ਹੁਣ ਘੁੰਮੇ ਘੁੰਮੇ ਜਾਣ। ਹੁਣ ਇਹਨਾਂ ਦੇ ਪੱਲਾ ਮੇਰੇ ਕੱਪੜੇ ਸੁੰਗਣੇ, ਜਿਹੜਾ ਆਪਾਂ ਨਵੇਂ ਕੱਪੜੇ ਪਾਈਏ ਕਿ ਤਿਆਰ ਹੋ ਕੇ ਜਾਣਾ, ਅਤੇ ਸੁੰਗਦਾ ਪੱਲਾ ਕੱਪੜੇ। ਅਤੇ ਚਲੋ ਮਿਲਦੇ ਤੁਹਾਨੂੰ ਅੱਗੇ, ਬਾਏ। ਹੁਣ ਆਪਾਂ ਘਰੋਂ ਨਿਕਲ ਚੁੱਕੇ ਹਾਂ, ਅਤੇ ਆਪਾਂ ਸਮਾਨ ਲੈਣ ਜਾਣਾ, ਕੁਛ ਕੰਮ ਉਹ ਵੀ ਕਰਨ ਜਾਣਾ। ਨਾਲ ਜਾਵਾਂਗੇ ਗੁਰਦੁਆਰੇ। ਕਿਹੜੇ ਗੁਰਦੁਆਰੇ ਆ? ਛਾਟਾ ਸਾਹਿਬ ਜਾਣਾ ਘਰੋਂ। ਅਸੀਂ ਜਦੋਂ ਵੀ ਘਰੋਂ ਨਿਕਲਦੇ ਹਾਂ ਅਤੇ ਗੁਰਦੁਆਰੇ ਜ਼ਰੂਰ ਮੱਥਾ ਟੇਕ ਕੇ ਆਉਂਦੇ ਹਾਂ। ਚਲੋ ਅੱਗੇ ਪਿੱਛੇ ਤਾਂ ਨਹੀਂ ਟੇਕ ਜਾਂਦਾ, ਚਲੋ ਬਹਾਨੇ ਨਾਲ ਮੱਥਾ ਟੇਕ ਆਉਂਦੇ ਹਾਂ। ਅਤੇ ਨਾਲ ਦੋ ਤਿੰਨ ਕੰਮ ਨੇ, ਉਹ ਵੀ ਕਰ ਲੈਂਦੇ ਅਤੇ ਮਿਲਦੇ ਹਾਂ ਅੱਗੇ ਜਿੱਥੇ ਜਿੱਥੇ ਅਸੀਂ ਜਾਂਦੇ ਹਾਂ। ਚਲੋ ਗਾਇਸ ਹੁਣ ਰਸਤੇ 'ਤੇ ਜਾਂਦੇ ਹਾਂ, ਤੁਹਾਨੂੰ ਮਿਲਦੇ ਹਾਂ ਅੱਗੇ। ਬਾਏ। ਹੁਣ ਆਪਾਂ ਮੱਥਾ ਟੇਕਣ ਆ ਚੁੱਕੇ ਹਾਂ ਗੁਰਦੁਆਰੇ, ਜੁੱਤੀਆਂ ਲਾਣੀਆਂ। ਚਲੋ ਲਾ ਲਾ, ਚਲੋ ਉਤਰੀਏ। ਬਣਾ ਦੇ ਮੱਥਾ ਮੁੱਠਾ ਟੇਕ ਕੇ ਘਰ ਆ ਚੁੱਕੇ ਹਾਂ, 2 ਵੱਜ ਗਏ ਆ ਅਤੇ ਸਾਰੇ ਹੁਣ ਰੈਸਟ ਕਰਨ ਦੇ ਆ। ਮੰਮਾ ਨੇ ਪੂਰੇ ਥੱਕ ਚੁੱਕੇ ਆ, ਹੁਣ ਪੀਣ ਲੱਗੇ ਆਪਾਂ ਚਾਹ।
ਚਾਹ ਪੀਨੇ ਆ। ਇਸ ਮੈਂ ਉੱਪਰ ਆ ਕੇ ਬੈਠਾ ਸੀ, ਤੋ ਕਿਆ ਮੌਸਮ ਬਹੁਤ ਵਧੀਆ ਵਾ, ਮੰਮਾ ਪਾਪਾ ਥੱਲੇ ਸੁੱਤੇ ਰਹੇ, ਮੂੰਹ ਚੂੰ ਚੂੰ ਕਰਨ ਦਿਆ ਸੀ, ਇਸ ਕਰਕੇ ਮੰਮੀ ਉੱਪਰ ਲਾਇਆ। ਤੇ ਦੇਖੋ ਮਸਤੀ ਕਰਨ ਦੇ ਆਪਣੀ, ਤੇ ਅੱਜ ਮੌਸਮ ਬਹੁਤ ਵਧੀਆ ਹੋ ਗਿਆ ਵਾ। ਐਵੇਂ ਮਸਤੀ ਕਰਨ ਦਾ ਆਪਣੀ ਤੇ ਚਲੋ ਹੁਣ ਤੇ ਬੈਠਣ ਦੀ ਠੰਡੀ ਹਵਾ ਪਰ ਚੱਲਦੀ, ਪਰ ਹੁਣ ਠੰਡ ਨਹੀਂ ਲੱਗਦੀ। ਦੇਖੋ ਹੁਣ ਮੇਰੇ ਲਾਗੇ ਆ ਗਿਆ, ਕੀ ਚਾਹੀਦਾ ਤੈਨੂੰ? ਹੈਂ ਚੱਲ ਉੱਧਰ ਬੋਲ ਲੈ ਗਿਆ, ਜਾ ਬੋਲ ਲੈ ਗਿਆ। ਤੇ ਹੁਣ ਸ਼ਾਮ ਨੂੰ ਬਾਹਰ ਖੇਡਣ ਜਾਵਾਂਗੇ, ਕਿਉਂਕਿ ਅੰਦਰ ਬਹਿ ਕੇ ਮਨ ਮੂਨ ਲੱਗਦਾ ਨਹੀਂ ਆ, ਅਤੇ ਸਾਰੇ ਸੁੱਤੇ ਸੀ ਅਤੇ ਚੂੰ ਚੂੰ ਕਰਨੇ, ਇਸ ਕਰਕੇ ਮੈਨੂੰ ਉੱਤੇ ਲੈਣ ਦਾ। ਹੈਲੋ ਗਾਇਸ, ਅਤੇ ਹੁਣ ਆਪਾਂ ਉੱਪਰ ਬੈਠੇ ਸੀ ਸਾਰੇ, ਅਤੇ ਅੱਜ ਮੌਸਮ ਠੰਡਾ ਸੀ ਅਤੇ ਪਾਪਾ ਦਾ ਬਹੁਤ ਜ਼ਿਆਦਾ ਮਨ ਕੀਤਾ ਲੱਡੂ ਖਾਣ ਦਾ। ਇੱਦਾਂ ਹਾਂਜੀ ਗਾਇਸ, ਅਤੇ ਲੱਡੂ ਲੈ ਲਿੱਤੇ ਆ ਅਤੇ ਖਾਣ ਲੱਗੇ। ਹੈਲੋ ਤੁਸੀਂ ਵੀ ਖਾ ਲਓ। ਇੱਧਰ ਸਾਡਾ ਡੈਮ, ਇਹਨੂੰ ਅਸੀਂ ਗਾਜਰ ਹੀ ਦੇਣੀ ਆ, ਚਲੋ ਖਾਂਦੇ ਹਾਂ। ਪਾਪਾ ਦੀ ਵੇਟ ਕਰਦੇ, ਪਾਪਾ ਉਹ ਇਕੱਠੇ ਖਾਵਾਂਗੇ। ਮੌਸਮ ਬਹੁਤ ਸੋਹਣਾ ਹੋਇਆ, ਬੱਦਲ ਹੋਇਆ ਮੌਸਮ, ਹੁਣ ਠੰਡ ਨਹੀਂ ਲੱਗਣ ਦੀ, ਠੰਡ ਤਾਂ ਲੱਗਦੀ ਪਈ ਆ। ਸਾਨੂੰ ਹੁਣ ਬਾਹਰ ਖੇਡਣ ਨਹੀਂ ਜਾਣ ਦੇ ਰਹੇ, ਚਾਹੀਦਾ ਸਕੂਲ ਸਕਾਲ ਜਾਵਾਂਗੇ ਤੇ ਥੋੜਾ ਦਿਲ ਦੁਲ ਲੱਗੇਗਾ। ਸਾਡਾ ਸਭ ਗਏ ਸੀ, ਐਮੋ ਵੇਖੀ ਜਾਂਦਾ। ਚਲੋ ਗਾਇਸ ਹੁਣ ਖਾਂਦੇ ਹਾਂ। ਅੱਜ ਸਹੀ ਆ, ਹੈ ਨਾ? ਚਲੋ ਤੁਹਾਨੂੰ ਖਾ ਕੇ ਮਿਲਦੇ ਅੱਗੇ, ਬਾਏ। ਹਾਂਜੀ ਗਾਇਸ, ਮੈਂ ਬਣਾ ਰਹੀ ਹਾਂ ਮੈਕਰੋਨੀ, ਮੈਂ ਬਣਾ ਰਹੀ ਹਾਂ ਮੈਕਰੋਨੀ। ਹਾਂਜੀ ਗਾਇਸ, ਮੈਂ ਬਣਾ ਰਹੀ ਹਾਂ ਮੈਕਰੋਨੀ। ਐ ਮੈਂ ਤੜਕਾ ਪਾ ਲਿਆ ਪਿਆਜ਼, ਟਮਾਟਰ ਔਰ ਮਸਾਲੇ ਕਿਲੇ ਪਾ ਕੇ, ਅਤੇ ਇਹਦੇ ਵਿੱਚ ਪਾਵਾਂਗੇ ਹੁਣ ਮੈਕਰੋਨੀ। ਹਾਂਜੀ ਅਸੀਂ ਮਿਕਸ, ਕੈਮਰੇ ਵਿੱਚ ਹਲਦੀ ਘੱਟ ਲੱਗਦੀ ਪਈ ਹੈ, ਵੈਸੇ ਹਲਦੀ ਪ੍ਰੋਪਰ ਆ, ਇਹਦੇ 'ਚ ਥੋੜ੍ਹੀ ਲਾਈਟ ਲਾਈਟ ਲੱਗਦੀ ਪਈ ਹੈ। ਮੇਰੇ ਪਾ ਦੀ ਹੁਣ ਥੋੜ੍ਹੀ ਜਿਹੀ ਸੋਸ, ਕੈਚਪ, ਥੋੜ੍ਹੀ ਜਿਹੀ ਸੋਸ। Thank you.
ਕਮੈਂਟ 'ਚ ਦੱਸਿਓ ਗਾਇਸ ਕਿਹਨੂੰ ਕਿਹਨੂੰ ਮੈਕਰੋਨੀ ਪਸੰਦ ਹੈ। ਮੇਰੇ ਵੱਡੇ ਬੇਟੇ ਨੂੰ ਮੈਕਰੋਨੀ ਪਸੰਦ ਨਹੀਂ ਹੈ, ਉਹਦੇ ਵਾਸਤੇ ਬਣੇਗੀ ਅਲੱਗ ਤੋਂ ਮੈਗੀ। ਇਹਦੇ ਵਿੱਚ ਬਣਾਵਾਂਗੇ ਮੈਗੀ। ਮਿਕਸ ਨਹੀਂ ਹੁੰਦਾ, ਇੱਕੋ ਜਗ੍ਹਾ ਇਕੱਠਾ ਹੋ ਗਿਆ ਮਸਾਲਾ, ਇਸ ਕਰਕੇ ਜ਼ਿਆਦਾ ਹੀ ਲਾ ਕੇ ਹੀ ਮਿਕਸ ਕਰਨਾ ਪੈਂਦਾ। ਇੱਧਰ ਮੈਂ ਬਣਾ ਲਈ ਹੈ ਮੈਕਰੋਨੀ, ਅਤੇ ਸ਼ੋਅ ਵਾਸਤੇ ਬਣਨ ਲੱਗੀ ਹੈ ਮੈਗੀ 2 ਪੈਕਟ, ਕਿਉਂਕਿ ਉਹ ਕਹਿੰਦਾ ਮੈਂ ਮੈਕਰੋਨੀ ਨਹੀਂ ਖਾਂਦਾ। ਅਤੇ ਚਲੋ ਪਾਈਏ ਮੈਕਰੋਨੀ। ਪਾਉਣ ਲੱਗੇ ਦੇਸੀ ਘੀ, ਦੇਸੀ ਘੀ ਸੱਚ ਕੋਲੀ 'ਚ ਵੀ ਗਾ ਡੱਬਾ ਕਰ ਲਿਆ, ਇਸ ਘੀ ਦਾ ਕੰਮ ਕਰ ਲਿਆ। ਹੋ ਰਹੀ ਹੈ ਮਿਕਸ, ਥੋੜ੍ਹਾ ਜਿਹਾ ਉਬਲ ਜੇ ਅਤੇ ਫਿਰ। ਹਾਂਜੀ ਗਾਇਸ, ਇਹ ਬਣ ਰਹੀ ਹੈ ਮੈਗੀ। ਐਮ ਵਾਸਤੇ ਹੋ ਗਈ ਖਿਚੜੀ ਗਰਮ, ਅਤੇ ਮੈਂ ਇਹਦੇ ਵਿੱਚ ਪਾ ਦਾ ਥੋੜ੍ਹਾ ਜਿਹਾ ਦੁੱਧ ਦਾ ਮਲਾਈ, ਉਹਦੇ ਨਾਲ ਟੇਸਟ ਥੋੜ੍ਹਾ ਵਧੀਆ ਹੋ ਜਾਂਦਾ। ਮੈਗੀ ਦਾ ਥੋੜ੍ਹਾ ਟੇਸਟ ਵਧੀਆ ਹੋ ਜਾਂਦਾ, ਬਾਕੀ ਬਣ ਜਾਂਦੀ ਅਤੇ ਫਿਰ ਸਰਵ ਕਰਕੇ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿੱਦਾਂ ਦੀ। ਮੈਂ ਚੰਗੀ ਤਰ੍ਹਾਂ ਗਾਲ ਕੇ ਬਣਾਉਂਦੀ ਹਾਂ ਕਿ ਫਿਰ ਕੱਚੀ ਕੱਚੀ ਮੈਗੀ ਨਾ ਪੇਟ 'ਚ ਦਰਦ ਕਰਦੀ ਹੈ। ਅੱਛਾ,
ਚੰਗੀ ਤਰ੍ਹਾਂ ਰਲ ਕੇ ਬਣਾਈ ਦੀ ਹੈ। ਇਹ ਚੀਜ਼ ਵੇਖ ਮੈਨੂੰ ਦੇਖ ਕੇ ਕਿੰਨਾ ਖੁਸ਼ ਹੁੰਦਾ। ਇਹ ਚੀਜ਼ੀ ਗਾਈ ਹੈ, ਚੀਜ਼ੀ ਗਾਈ ਹੈ। ਸਿੱਟੋ ਸਿੱਟ 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 ਮਿੰਟ ਨਹੀਂ ਲਾਇਆ, ਬਸ ਸਿੱਧਾ ਹੀ ਗੱਟ ਸਿੱਧਾ ਹੀ ਗੱਟ। ਹੈਲੋ ਗਾਇਸ, ਤੋਂ ਰਾਤ ਹੋ ਚੁੱਕੀ ਆ, ਰਾਤ ਦੇ 8:30 ਹੋ ਚੁੱਕੇ ਨੇ ਅਤੇ ਮੈਂ ਬਾਹਰ ਸੀਗਾ ਗਲੀ 'ਚ, ਦੋਸਤਾਂ ਨਾਲ ਗੱਲਾਂ ਗੁੱਲਾਂ ਕਰਦਿਆਂ ਸੀ ਅਤੇ ਮੰਮਾ ਨੂੰ ਸਮਾਨ ਲਿਆ ਕੇ ਦਿੱਤਾ ਹੈ ਅਤੇ ਮੰਮਾ ਬਣਾਉਂਦੇ ਜਿਵੇਂ ਤੁਹਾਨੂੰ ਪਤਾ ਹੀ ਆ ਮਕਰੋਨੀ, ਅਤੇ ਮੈਂ ਮਕਰੋਨੀ ਨਹੀਂ ਖਾਣੀ ਅਤੇ ਮੇਰੇ ਵਾਸਤੇ ਮੈਗੀ ਬਣਾਉਂਦੇ ਆ। ਹਾਂਜੀ ਮੈਗੀ ਤੇਰੀ ਬਣ ਗਈ ਹੈ? ਬਣ ਗਈ ਮੇਰੀ ਮੈਗੀ ਅਤੇ ਮੈਕਰੋਨੀ ਚੀਜ਼ ਦੁੱਧ ਐਡ ਕਰਤਾ। ਇਹ ਚੰਗੀ ਤਰ੍ਹਾਂ ਪਕਾ ਕੇ ਦੇ ਦਿੱਤੀ ਕਿਉਂਕਿ ਇਹਨੂੰ ਪਚਦੀ ਘੱਟ ਹੈਗੀ ਆ ਅਤੇ ਫਿਰ ਬਾਅਦ 'ਚ ਪੇਟ ਦਰਦ ਹੋਏਗੀ, ਇਸ ਕਰਕੇ ਖਾਣੀ ਵੀ ਹੈ ਅਤੇ ਪਚ ਕੇ ਗਾਲ ਕੇ ਬਣਾਉਣੀ ਹੈ। ਪਤਾ ਨਹੀਂ ਕਿੱਦਾਂ ਬਚਾ ਸੀ ਦੁੱਧ ਪਾ ਕੇ, ਵੇਖੋ ਪੂਰਾ ਚੀਜ਼ ਸਰਗਾ ਟੇਸਟ ਹੁੰਦਾ, ਕਰੀਮੀ ਕਰੀਮੀ ਜਿਹੀ ਹੋ ਜਾਂਦੀ ਵੇਖੋ। ਉਹ ਲਾਏਗਾ ਛੁੱਟ ਕੇ ਗਾਇਸ, ਤਾਂ ਹੁਣ ਸਾਰਾ ਕੁਛ ਰੈਡੀ ਹੋ ਕੇ ਆ ਚੁੱਕਾ ਵਾ। ਇੱਧਰ ਆ ਵੇਖੋ ਮੈਗੀ, ਮਕਰੋਨੀ, ਪਾਪਾ ਜੀ ਮਕਰੋਨੀ। ਚਲੋ ਟੇਸਟ ਕਰਦੇ ਹਾਂ, ਮੈਂ ਰੇ ਮਕਰੋਨੀ ਖਾਊਂਗਾ ਨਹੀਂ, ਮੈਗੀ ਖਾਊਂਗਾ। ਬਹੁਤ ਘੈਂਟ ਚੀਸੀ ਚੀਸੀ ਮਰੀ ਆ ਬਣੀ ਆ। ਇੱਧਰ ਮੰਮਾ ਮੈਂ ਉਹਨੂੰ ਖਿਚੜੀ ਖਵਾ ਦਿੱਤੀ ਅਤੇ ਥੋੜ੍ਹੀ ਜਿਹੀ ਮੈਂ ਕਿਹਾ ਮੈਗੀ ਵੀ ਖਵਾ ਦਾ, ਕਿਉਂਕਿ ਉਹਨੇ ਉੱਦਾਂ ਨੀਰੇ ਖੁਸ਼ਬੂ ਲੈ ਲੈ ਬੋਲ ਹੀ ਜਾਣਾ। ਚਲੋ ਹੁਣ ਖਾਂਦੇ ਹਾਂ। ਕਿੱਦਾਂ ਦੀ ਬਣੀ ਹੈ? ਸੋਸ ਪਾ ਕੇ ਜ਼ਿਆਦਾ ਸਵਾਦ ਲੱਗਦਾ। ਜੇ ਆਹ ਵਲੌਗ ਵਧੀਆ ਲੱਗਾ ਹੋਊਗਾ ਲਾਈਕ ਅਤੇ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਤੁਹਾਨੂੰ ਕੱਲ੍ਹ ਨਵੇਂ ਨੈਕਸਟ ਵਲੌਗ 'ਚ। ਬਾਏ।